ਸਤਿ ਸ਼੍ਰੀ ਅਕਾਲ ਅਜੀਤ ਵੈਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਹਰਪ੍ਰੀਤ ਕੌਰ ਤੇ ਅਜੀਤ ਖਬਰਾਂ ਦੇ ਇਸ ਬੁਲੇਟਿਨ ਵਿੱਚ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਾਸ ਖਬਰਾਂ ਤੇ। ਆਪ ਆਗੂ ਅਮਨ ਅਰੋੜਾ ਨੇ ਮਾਰੀ ਬਾਜ਼ੀ, ਤ੍ਰਿਪਤ ਰਜਿੰਦਰ ਸਿੰਘ ਬਾਜਵਾ ਤੋਂ ਪਹਿਲਾਂ ਕਰਵਾਇਆ ਡੋਪ ਟੈਸਟ। ਜਾਲਬਾਜ਼ ਦੀ ਨਿਲਾਮੀ ਤੇ ਸੁਖਬੀਰ ਸਿੰਘ ਬਾਦਲ ਦਾ ਜਵਾਬ, ਸੈਰ ਸਪਾਟੇ ਦੇ ਪ੍ਰਚਾਰ ਦੀ ਬਜਾਏ ਬਾਦਲ ਸਰਕਾਰ ਦੇ ਪ੍ਰੋਜੈਕਟ ਬੰਦ ਕਰ ਰਹੇ ਨੇ ਸਿੱਧੂ। ਨਸ਼ਾ ਤਸਕਰੀ ਦੇ ਮਾਮਲੇ ਵਿੱਚ ਗੁਰਦਾਸਪੁਰ ਦਾ SHO ਮੁਅੱਤਲ ਤੇ ਗਨਮੈਨ ਬਰਖਾਸਤ। ਅਜਨਾਲਾ ਨੇੜਲੇ ਪਿੰਡ ਵਿੱਚੋਂ ਮਿਲੀਆਂ ਤਿੰਨ ਔਰਤਾਂ ਦੀਆਂ ਲਾਸ਼ਾਂ, ਜ਼ਮੀਨੀ ਵਿਵਾਦ ਦੇ ਚਲਦਿਆਂ ਕਤਲ ਦਾ ਸ਼ੱਕ। ਤੇ ਕਰਨਾਟਕ ਸਰਕਾਰ ਨੇ ਪਹਿਲੇ ਬਜਟ ਵਿੱਚ ਕਿਸਾਨਾਂ ਨੂੰ ਦਿੱਤਾ ਕਰਜ਼ ਮਾਫੀ ਦਾ ਤੋਹਫਾ, ਪੈਟਰੋਲ ਡੀਜ਼ਲ ਦੇ ਵਧਾਏ ਰੇਟ। ਤੇ ਹੁਣ ਖਬਰਾਂ ਵਿਸਥਾਰ ਨਾਲ। ਸਿਆਸਤਦਾਨਾਂ ਦੇ ਡੋਪ ਟੈਸਟ ਹੋਣ ਸਬੰਧੀ ਆਮ ਆਦਮੀ ਪਾਰਟੀ ਦੇ ਅਮਨ ਅਰੋੜਾ ਨੇ ਪਹਿਲਕਦਮੀ ਕੀਤੀ ਹੈ। ਅਮਨ ਅਰੋੜਾ ਨੇ ਮੋਹਾਲੀ ਦੇ ਸਰਕਾਰੀ ਹਸਪਤਾਲ ਵਿੱਚ ਆਪਣਾ ਡੋਪ ਟੈਸਟ ਕਰਾਇਆ। ਉੱਥੇ ਹੀ ਦੱਸ ਦਈਏ ਕਿ ਪੰਚਾਇਤ ਮੰਤਰੀ ਵੀ ਮੋਹਾਲੀ ਦੇ ਸਰਕਾਰੀ ਹਸਪਤਾਲ ਵਿੱਚ ਆਪਣਾ ਡੋਪ ਟੈਸਟ ਕਰਾਉਣ ਪੁੱਜੇ, ਪਰ ਡਾਕਟਰਾਂ ਨੇ ਉਹਨਾਂ ਨੂੰ ਫਿਲਹਾਲ ਟੈਸਟ ਨਾ ਕਰਾਉਣ ਦੀ ਸਲਾਹ ਦਿੱਤੀ ਹੈ, ਕਿਉਂਕਿ ਡਾਕਟਰਾਂ ਅਨੁਸਾਰ ਉਹਨਾਂ ਦੀ ਸਿਹਤ ਅਜੇ ਇਸ ਟੈਸਟ ਦੀ ਇਜਾਜ਼ਤ ਨਹੀਂ ਦਿੰਦੀ। ਇਹਨਾਂ ਤੋਂ ਬਿਨਾਂ ਵਿਧਾਨ ਸਭਾ ਹਲਕਾ ਭੋਆ ਤੋਂ ਵਿਧਾਇਕ ਜੋਗਿੰਦਰ ਪਾਲ ਨੇ ਸਿਵਲ ਹਸਪਤਾਲ ਪਠਾਨਕੋਟ ਵਿਖੇ ਪਹੁੰਚ ਕੇ ਆਪਣਾ ਡੋਪ ਟੈਸਟ ਕਰਵਾਇਆ। ਉਹਨਾਂ ਸੂਬੇ ਦੇ ਸਾਰੇ ਵਿਧਾਇਕਾਂ ਅਤੇ ਲੋਕ ਸਭਾ ਸੰਸਦ ਮੈਂਬਰਾਂ ਨੂੰ ਆਪਣਾ ਆਪਣਾ ਡੋਪ ਟੈਸਟ ਕਰਵਾਉਣ ਦੀ ਅਪੀਲ ਕੀਤੀ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੇ ਦਿਨੀ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਕਿਹਾ ਸੀ ਕਿ ਹਰ ਮੁਲਾਜ਼ਮ ਦਾ ਡੋਪ ਟੈਸਟ ਕਰਵਾਉਣਾ ਲਾਜ਼ਮੀ ਹੋਵੇਗਾ, ਚਾਹੇ ਉਹ ਉਸਦੀ ਭਰਤੀ ਸਮੇਂ ਹੋਵੇ ਜਾਂ ਫਿਰ ਉਸਦੀ ਤਰੱਕੀ ਸਮੇਂ। ਪਰ ਇਸ ਦੇ ਨਾਲ ਹੀ ਪੰਜਾਬ ਦੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਸਾਫ਼ ਕਿਹਾ ਕਿ ਸਿਰਫ਼ ਮੁਲਾਜ਼ਮਾਂ ਦਾ ਹੀ ਨਹੀਂ ਸਗੋਂ ਮੰਤਰੀਆਂ ਦਾ ਵੀ ਡੋਪ ਟੈਸਟ ਹੋਣਾ ਚਾਹੀਦਾ ਹੈ। देखिए, पिछले बड़े लंबे समय से पॉलिटिकल क्लास ने और जो पुलिस है उन्होंने सियासी लोगों को, क्योंकि नेक्सस बना हुआ, इसमें कोई दो राय नहीं है, कलंकित करके रख दिया पॉलिटिकल क्लास को। और मैं समझता हूँ कि इसमें रोल भी रहा होगा, इसमें कोई शक नहीं है। कैप्टन अमरिंदर सिंह ने कल एक फैसला सुनाया कि सारे जो सरकारी मुलाजिम हैं उनका डोप टेस्ट होना चाहिए। मैं उम्मीद तो ये करता था कि कैप्टन अमरिंदर सिंह खुद आएंगे, टेस्ट कराएंगे और उससे एक बड़ा क्लियर एंड लाउड मैसेज बड़ा नीचे तक चला जाएगा, हर कोई अपने आप डोप टेस्ट कराएगा, जो भी MLA या मिनिस्टर या कोई सरकारी मुलाजिम है। वो नहीं है, कोई बात नहीं। आम आदमी पार्टी पंजाब के नौजवानों की जिस तरह से आज ख़त्म हो रहे हैं, उसको उसके लिए एक बड़ी मुहिम हमने छेड़ी हुई है। मैं समझता हूँ कि मैंने अपनी जिम्मेवारी समझी कि सबसे पहले मैंने अपने आप को ऑफर किया और आज आके मैं ये डोप टेस्ट करा के जा रहा हूँ। मैं समझता हूँ कि कैप्टन अमरिंदर सिंह को, उनके सभी मिनिस्टर्स को, पुलिस के जो आला अधिकारी हैं उन सबको डोप टेस्ट कराना चाहिए। और इससे भी काम नहीं चलेगा, काम चलेगा जो पॉलिटिशियंस का, ड्रग माफियाज़ का और पुलिस का नेक्सस बना हुआ है, जब तक उसकी पीठ नहीं तोड़ी जाती, जब तक बड़ी मछलियां जो इस ट्रेड के लिए जिम्मेवार हैं उनको पकड़ के सलाखों के पीछे नहीं फेंका जाता, तब तक ये जो नेक्सस है नहीं टूटेगा और पंजाब इससे नहीं बच पाएगा। ਡੋਪ ਟੈਸਟ ਦੇ ਮਾਮਲੇ ਤੇ ਬੋਲਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਸਿਰਫ ਵਿਧਾਇਕਾਂ ਤੇ ਮੁਲਾਜ਼ਮਾਂ ਦੇ ਡੋਪ ਟੈਸਟ ਕਰਾਉਣ ਨਾਲ ਨਸ਼ੇ ਤੇ ਲਗਾਮ ਨਹੀਂ ਲੱਗਣੀ, ਇਸ ਦੇ ਲਈ ਸਾਰੀਆਂ ਰਾਜਸੀ ਪਾਰਟੀਆਂ ਤੇ ਸੰਗਠਨਾਂ ਨੂੰ ਇੱਕ ਝੰਡੇ ਹੇਠ ਇਕੱਠੇ ਹੋਣਾ ਪਵੇਗਾ। ਨਵਜੋਤ ਸਿੰਘ ਸਿੱਧੂ ਵੱਲੋਂ ਜਾਲਬਾਜ਼ ਦੀ ਨਿਲਾਮੀ ਸਬੰਧੀ ਬੋਲਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸੈਰ ਸਪਾਟੇ ਨੂੰ ਪ੍ਰਚਾਰਨ ਦੀ ਬਜਾਏ ਸਿੱਧੂ ਬਾਦਲ ਸਰਕਾਰ ਵੱਲੋਂ ਤਿਆਰ ਕੀਤੇ ਪ੍ਰੋਜੈਕਟਾਂ ਨੂੰ ਬੰਦ ਕਰਨਾ ਚਾਹੁੰਦੇ ਨੇ। ਉਹਨਾਂ ਕਿਹਾ ਕਿ ਵਿਰਾਸਤ ਏ ਖਾਲਸਾ ਤੇ ਜੰਗ ਏ ਆਜ਼ਾਦੀ ਯਾਦਗਾਰ ਪੈਸੇ ਕਮਾਉਣ ਲਈ ਨਹੀਂ ਬਣਾਈਆਂ ਗਈਆਂ। ਆਈ ਥਿੰਕ ਜੋ ਡਿਸੀਜਨ ਹੈ ਇਟ ਇਜ਼ ਗੁੱਡ। ਅਸੀਂ ਵੀ ਜਿਹੜਾ ਰਿਕਰੂਟਮੈਂਟ ਪੁਲਿਸ ਦੇ ਹੋਈ ਸੀ ਉਹਦੇ ਵਿੱਚ ਵੀ ਅਸੀਂ ਟੈਸਟ ਕਰਾਇਆ ਸੀ ਐਂਡ ਵੈਰੀ ਗੁੱਡ। ਪਰ ਇਕੱਲੇ ਉਹਦੇ ਨਾਲ ਕੋਈ ਸਲਿਊਸ਼ਨ ਨਹੀਂ ਹੋਣਾ, ਸਲਿਊਸ਼ਨ ਹੋਣਾ ਹੈ ਜੇ ਸਾਰਿਆਂ ਨੂੰ ਇਕੱਠੇ ਲੈ ਕੇ ਇੱਕ ਇੱਕ ਝੰਡੇ ਥੱਲੇ ਸਾਰੀ ਔਰਗਨਾਈਜੇਸ਼ਨ, ਸਾਰੇ ਜਿਵੇਂ ਰਿਲੀਜੀਅਸ ਔਰਗਨਾਈਜੇਸ਼ਨ, ਪੋਲੀਟੀਕਲ ਪਾਰਟੀ ਨੂੰ ਇਕੱਠਾ ਕਰਨ, ਇੱਕ ਮਿਸ਼ਨ ਲੈ ਕੇ ਚੱਲਣ ਕਿ ਆਪਾਂ ਪੰਜਾਬ 'ਚ ਨਸ਼ਿਆਂ ਦੇ ਜਿਹੜੇ ਵੇਚਦੇ ਉਹਨਾਂ ਖਿਲਾਫ਼ ਜੰਗ ਸ਼ੁਰੂ ਕਰੀਏ। ਸਿੱਧੂ ਨੇ ਆਪਣੇ ਆਪਕੀ ਡਰੀਮ ਪ੍ਰੋਜੈਕਟ ਥਾ ਉਸਕੋ ਲੈ ਕੇ ਕਿਹਾ ਕਿ ਅਬ ਯੇ ਨਿਲਾਮ ਹੋਗੀ ਕਿਉਂਕਿ ਬੜੇ ਭਾਰੀ ਘਾਟੇ ਮੇਂ ਚੱਲ ਰਹੀ ਹੈ। ਮੈਂ ਸਿੱਧੂ ਸਾਹਿਬ ਨੂੰ ਇੱਕ ਪੁੱਛਣਾ ਚਾਹੁੰਦਾ ਹੈ ਕਿ ਜਦੋਂ ਬੱਸ ਆਈ 10 ਦਿਨ ਚੱਲੀ, 10 ਦਿਨ ਬਾਅਦ ਬੰਦ ਕੀ ਨਹੀਂ ਕੀਤੀ? ਸਿੱਧੂ ਸਾਹਿਬ ਨੇ ਆਪ ਕੀਤੀ, ਐਂ ਨਹੀਂ ਹੈ ਕਿ ਖਰਾਬ ਹੋਈ ਸੀ ਜਾਂ ਕੁਛ ਹੋਈ ਸੀ। 10 ਦਿਨ ਚਲਾ ਕੇ ਆਪ ਹੀ ਬੰਦ ਕਰ ਦਿਓ ਅਤੇ ਫਿਰ ਆਪ ਕਿਹੋ ਕਿ ਤੁਸੀਂ ਘਾਟੇ 'ਚ ਹੈ ਅਤੇ ਫਿਰ ਗੁਨਾਹਗਾਰ ਕੌਣ ਹੈ? ਦੋਸ਼ੀ ਤਾਂ ਉਹ ਹੈ ਸਿੱਧੂ ਸਾਹਿਬ। ਸਿੱਧੂ ਸਾਹਿਬ ਤਾਂ ਕਹਿੰਦੇ ਸੀ ਵਿਰਾਸਤ ਏ ਖਾਲਸਾ ਵੀ ਚਿੱਟਾ ਹਾਥੀ ਹੈ। ਕੀ ਵਿਰਾਸਤ ਏ ਖਾਲਸਾ ਜੋ ਬਾਦਲ ਸਾਹਿਬ ਨੇ ਬਣਾਇਆ, 500 ਕਰੋੜ ਰੁਪਏ ਲਾਇਆ, ਉਹਦੇ 'ਤੇ ਕੋਈ ਪ੍ਰੋਜੈਕਟ ਰਿਪੋਰਟ ਬਣਾਈ ਸੀ ਬਾਦਲ ਸਾਹਿਬ ਨੇ? ਆ ਇੱਕ ਸਿੱਖ ਇਤਿਹਾਸ ਦਾ ਮਿਊਜ਼ੀਅਮ ਬਣਾਇਆ, ਟੂਰਿਜ਼ਮ ਵੱਡਾ ਪ੍ਰੋਜੈਕਟ ਹੈ, ਉੱਥੇ ਕੋਈ ਅਸੀਂ ਫੀਸ ਵੀ ਨਹੀਂ ਚਾਰਜ ਕਰਦੇ ਉਹਦੇ 'ਤੇ, ਫਿਰ ਉੱਥੇ ਫਿਰ ਤੱਕ ਹੋਊਗਾ ਕਿ ਉਹ ਵੀ ਘਾਟੇ 'ਚ ਹੈ ਅਤੇ ਬੰਦ ਹੈ। ਸਿੱਧੂ ਸਾਹਿਬ ਨੇ 25 ਕਰੋੜ ਰੁਪਇਆ ਜੰਗੇ ਆਜ਼ਾਦੀ ਨੂੰ ਦਿੱਤਾ, ਜੰਗੇ ਆਜ਼ਾਦੀ ਵੀ 300 ਕਰੋੜ ਨਾਲ, 400 ਸਾਢੇ 400 300 ਸਾਢੇ 300 ਕਰੋੜ ਨਾਲ ਬਾਦਲ ਸਾਹਿਬ ਨੇ ਬਣਾਇਆ ਹੈ, 25 ਕਰੋੜ ਇਹਨੇ ਦਿੱਤਾ।
कि उन्हें सिद्धू साहब ने 25 करोड़ देने तो पहले देखा सी वायबिलिटी कि 350 करोड़ की कितनी आमदन आती है, फिर जो उन्हें 25 करोड़ दिता है तो आमदनी चेक की उत्थे भी कोई आमदन करके नहीं दिता सी। जिहड़ा सी जिहड़ा सी विरासत मार्ग दरबार साहब के सामने बनाया जो कि असी उत्थे टिकट लाई है, जो असी 200 करोड़ रुपये उत्थे खर्चा है, कि असी प्रोजेक्ट रिपोर्ट बना के खर्चा है, कि वह चाहता कि सिद्धू साहब कि उत्थे टिकट लाई जाए कि उत्थे पैसा कमाउण दी करे। सरकारां दा काम पैसा कमाउणा नहीं, इंफ्रास्ट्रक्चर क्रिएट करना है। मैनू आई नहीं पता कि सिद्धू दे मन च इक्को ही है कि जो सुखबीर सिंह बादल ने किया मैं उन्हें बंद करना है करना है, भावें पंजाब दा नुकसान हो जाए। पिछले दिनी गैंगस्टर हैरी मजीठा वालों सोशल मीडिया से पोस्ट पा के गुरदासपुर थाना सदर के SHO रजिंदर कुमार ते उस दे गनमैन जतिंदर सिंह ते नशा तस्करी दे दोष लगाए जाने तो बाद पुलिस ने इस मामले की गंभीरता नाल जांच करवाई। अज SSP हरचरण सिंह भुल्लर ने मामले ते प्रेस वार्ता दौरान इस गल का खुलासा किया कि SHO रजिंदर कुमार नूं मुअत्तल कर दिता गया है ते उस दे गनमैन रहे जतिंदर सिंह नूं नौकरी तो बर्खास्त कर दिता गया है। 14/6/18 ਅਤੇ ਆਦਿਤਿਆ ਨਾਂ ਦਾ ਲੜਕਾ ਜਿਹੜਾ ਨਸ਼ੇ ਵੇਚਦਾ SHO ਧਾਰੀਵਾਲ ਵੱਲੋਂ ਉਹਨੂੰ ਰੇਡ ਕਰਕੇ ਗ੍ਰਿਫਤਾਰ ਕੀਤਾ ਗਿਆ। 16/6/18 ਨੂੰ ਉਹਦੇ ਖਿਲਾਫ਼ ਪਰਚਾ ਦਰਜ ਹੋਇਆ। 16/6/18 ਨੂੰ SHO ਧਾਰੀਵਾਲ ਨੇ ਰੇਡ ਕੀਤਾ ਅਤੇ ਉਸ ਬੰਦੇ ਨੂੰ ਗ੍ਰਿਫਤਾਰ ਕਰ ਲਿਆ। ਉਸ ਤੋਂ ਬਾਅਦ ਉਹਦੀ ਪੁੱਛਗਿੱਛ ਦੇ ਵਿੱਚ ਪੁਲਿਸ ਨੇ ਕੀਤੀ। ਕੁਛ ਦਿਨ ਬਾਅਦ ਇੱਕ ਵੀਡੀਓ ਵਾਇਰਲ ਹੋਈ, ਕੁਛ ਪੁਲਿਸ ਵਾਲਿਆਂ ਦੀ ਨਾਲ ਮਿਲੀ ਭੁਗਤ, ਜਿਹਦੇ ਸੰਬੰਧੀ ਮੇਰੇ ਵੱਲੋਂ ਇੱਕ ਸੈੱਟ ਬਣਾਈ ਗਈ SPD ਦੀ ਅਗਵਾਈ ਦੇ ਹੇਠ, ਨਾਲ 2 DSP ਲੈ ਕੇ ਸੈੱਟ ਨੇ ਦੁਬਾਰਾ ਉਹਦਾ ਪ੍ਰੋਡਕਸ਼ਨਮੈਂਟ ਲਿਆ ਕੇ ਪੁੱਛਗਿੱਛ ਕੀਤੀ। ਪੁੱਛਗਿੱਛ ਦੇ ਵਿੱਚ ਉਹ ਇਹ ਗੱਲ ਸਾਹਮਣੇ ਆਈ ਕਿ 2 ਪੁਲਿਸ ਮੁਲਾਜ਼ਮ ਇੰਸਪੈਕਟਰ ਰਜਿੰਦਰ ਕੁਮਾਰ ਅਤੇ ਹੌਲਦਾਰ ਜਤਿੰਦਰ ਸਿੰਘ, ਜਿਨ੍ਹਾਂ ਨੂੰ ਕੋਈ ਪਤਾ ਸੀ ਕਿ ਇਹ ਬੰਦਾ ਨਸ਼ੇ ਵੇਚਦਾ, ਇਹਨਾਂ ਨੇ ਆਪਣੀ ਡਿਊਟੀ ਦੇ ਵਿੱਚ ਲਾਪਰਵਾਹੀ ਵਰਤੀ ਹੈ ਔਰ ਆਪਣੇ ਪੁਲਿਸ ਅਫਸਰ ਹੋਣ ਦੇ ਨਾਤੇ ਇਹਨਾਂ ਨੇ ਪ੍ਰੋਪਰ ਜਿਹੜੀ ਡਿਊਟੀ ਨਹੀਂ ਕੀਤੀ। ਉਸ ਦੇ ਸੰਬੰਧ ਦੇ ਵਿੱਚ ਇੰਸਪੈਕਟਰ ਰਜਿੰਦਰ ਕੁਮਾਰ ਨੂੰ ਜਬਰੀ ਰਿਟਾਇਰ ਕੀਤਾ ਗਿਆ ਅਤੇ ਹੈੱਡ ਕੰਸਟੇਬਲ ਜਤਿੰਦਰ ਸਿੰਘ ਨੂੰ ਆਰਟੀਕਲ 311(2)(b) ਦੇ ਤਹਿਤ, ਇੰਡੀਅਨ ਕੰਸਟੀਟਿਊਸ਼ਨ ਦੇ ਤਹਿਤ, ਕੰਸਟੀਟਿਊਸ਼ਨ ਆਫ ਇੰਡੀਆ ਦੇ ਤਹਿਤ ਇਹਨੂੰ ਜਿਹੜਾ ਨੌਕਰੀ ਤੋਂ ਅੱਜ ਡਿਸਮਿਸ ਕੀਤਾ। ਅਜਨਾਲਾ ਦੇ ਪਿੰਡ ਮਾਕੋਵਾਲ ਵਿੱਚ ਇੱਕ ਘਰ ਵਿੱਚੋਂ 3 ਔਰਤਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਨੇ। ਪੁਲਿਸ ਅਧਿਕਾਰੀ ਨੇ ਘਟਨਾ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਤਾ ਕਰਤਾਰ ਕੌਰ ਆਪਣੀ ਬੇਟੀ ਹਰਮੀਤ ਕੌਰ ਅਤੇ ਦੋਹਤੀ ਦਿਲਪ੍ਰੀਤ ਕੌਰ ਨਾਲ ਰਹਿੰਦੀ ਸੀ। ਉਹਨਾਂ ਦੱਸਿਆ ਕਿ ਮ੍ਰਿਤਕਾਂ ਦੇ ਰਿਸ਼ਤੇਦਾਰਾਂ ਦਾ ਗੁਆਂਢੀਆਂ ਨੂੰ ਫੋਨ ਆਇਆ ਕਿ ਮਾਤਾ ਕਰਤਾਰ ਕੌਰ ਦੇ ਘਰ ਕੱਲ੍ਹ ਦਾ ਕੋਈ ਫੋਨ ਨਹੀਂ ਚੁੱਕ ਰਿਹਾ। ਜਦ ਜਾ ਕੇ ਪਤਾ ਕੀਤਾ ਤਾਂ 3 ਔਰਤਾਂ ਦੀਆਂ ਲਾਸ਼ਾਂ ਪਈਆਂ ਸਨ। ਪੁਲਿਸ ਨੂੰ ਸ਼ੱਕ ਹੈ ਕਿ 3 ਦਾ ਗਲਾ ਘੁੱਟ ਕੇ ਕਤਲ ਕੀਤਾ ਗਿਆ ਹੈ। ਪੁਲਿਸ ਮੁਤਾਬਕ ਪਰਿਵਾਰ ਵਿੱਚ ਜ਼ਮੀਨੀ ਵਿਵਾਦ ਦੀ ਗੱਲ ਸਾਹਮਣੇ ਆਈ ਹੈ, ਜਿਸ ਮੁਤਾਬਕ ਕਾਰਵਾਈ ਕੀਤੀ ਜਾ ਰਹੀ ਹੈ। ਅਸੀਂ ਫੋਨ ਕਰਦੇ ਸੀ ਤੇ ਚੁੱਕਦੇ ਨਹੀਂ ਗਾੜੀ, ਫਿਰ ਅਸੀਂ ਚਾਚੇ ਦੇ ਪੁੱਤ ਨੂੰ ਫੋਨ ਕੀਤਾ ਵੀ ਸਾਨੂੰ ਪਤਾ ਕਰਕੇ ਦੱਸ ਕਿਉਂ ਨਹੀਂ ਚੁੱਕਦੇ। ਉਹ ਫਿਰ ਕਹਿੰਦੇ ਵੀ ਅਸੀਂ ਮੁੰਡੇ ਇੱਕ ਨੂੰ ਚੜ੍ਹਾਇਆ ਕੰਧ 'ਚ ਪਾ ਕੇ ਅਤੇ ਫਿਰ ਉਹਨਾਂ ਨੇ ਪਤਾ ਕੀਤਾ ਵੀ ਅੰਦਰ ਮਰੀਆਂ ਪਈਆਂ। ਫਿਰ ਉਹਨਾਂ ਸਾਨੂੰ ਫੋਨ ਕੀਤਾ ਵੀ ਅੰਦਰ ਮਰੀਆਂ ਪਈਆਂ ਜੇ ਤੁਸੀਂ ਆਣ ਕੇ ਵੇਖੋ। ਵਜ੍ਹਾ ਕੀ ਲੱਗਦੀ ਤੁਹਾਨੂੰ ਕਿਉਂ ਮਾਰਿਆ ਗਿਆ? ਮਹਾਰਾਜ ਜਾਣੇ, ਹੁਣ ਸਾਨੂੰ ਕਿ ਸਮਝ ਨਹੀਂ ਹੈ ਜੀ ਲੱਗਣ ਦੇ, ਕੋਈ ਪਤਾ ਨਹੀਂ ਕਾਹਤੋਂ ਮਾਰਿਆ, ਕੀ ਜਾਣ ਸੀ। ਮਾਤਾ ਦੇ ਨਾਲ ਪਿਆਲੀ ਹੈਗੀ, ਉਹ ਕਰਾਉਣ ਡੇ ਹੈ ਜੀ। ਮਾਤਾ ਦਾ ਪੁੱਤ ਮਰ ਗਿਆ ਤਾਂ ਉਹਦੀ ਪਿਆਲੀ ਸੀ ਉਹਦੇ ਨਾਲ ਕਰਾਈ, ਕੀ ਦਾਨ ਪਿਆਲੀ ਦਾ ਕਰਕੇ ਹੋਇਆ ਚਾਂਸ ਜਾਂ ਕੀ ਚਾਂਸ ਹੈ ਜੀ, ਸਾਨੂੰ ਕੁਛ ਸਮਝ ਨਹੀਂ ਲੱਗਣ ਡੇ। ਤੁਹਾਨੂੰ ਸ਼ੱਕ ਹੈ ਕਿਸੇ ਦੇ? ਸ਼ੱਕ ਹੁਣ ਅਜੇ ਬਾਅਦ 'ਚ ਹੀ ਵੇਖਾਂਗੇ, ਹੁਣ ਸਮਝ ਨਹੀਂ ਕੋਈ, ਅਜੇ ਪਤਾ ਲੱਗੂਗਾ ਕਿਸੇ ਗੱਲ ਦਾ ਤਾਂ ਹੀ ਆ ਨਾ। ਹੁਣ ਮੰਗ ਕੀ ਕਰਦੇ ਤੁਸੀਂ ਵੀ ਪੁਲਿਸ ਕਾਰਵਾਈ ਕਰੇ, ਦੋਸ਼ੀਆਂ ਨੂੰ ਸਜ਼ਾ ਦੇ, ਕੀ ਮੰਗ ਕਰਦੇ? ਸਜ਼ਾ ਤਾਂ ਹੋਣੀ ਚਾਹੀਦੀ ਹੈ ਨਾ। ਇਹ ਜਿਹੜਾ ਘਰ ਜਿੱਥੇ ਅਸੀਂ ਖੜ੍ਹੇ ਹਾਂ, ਇੱਥੇ ਘਰ ਦੇ ਵਿੱਚ ਕਰਤਾਰ ਕੌਰ, ਉਹਦੀ ਬੇਟੀ ਹਰਮੀਤ ਕੌਰ ਅਤੇ ਉਹਦੀ ਦੋਹਤੀ ਦਿਲਪ੍ਰੀਤ ਕੌਰ ਇੱਥੇ ਰਹਿੰਦੀਆਂ ਸੀ। ਮਿਤੀ 3 ਤਰੀਕ ਨੂੰ, ਪਰਸੋਂ ਦੀ ਗੱਲ ਹੈ, ਸ਼ਾਮ ਨੂੰ ਉੱਥੇ ਸ਼ਾਮ ਦੇ ਟਾਈਮ ਕਰੀਬ 8 ਵਜੇ ਇੱਥੇ ਗੁਆਂਢੀਆਂ ਡਾਕਟਰ ਸਾਹਿਬ ਨੇ ਉਹਨਾਂ ਦੇ ਘਰੋਂ ਇਹ ਪੱਖਾ ਲੈ ਕੇ ਆਏ, ਕਿਉਂਕਿ ਉਹਨਾਂ ਦੇ ਘਰੋਂ ਦੁੱਧ ਵੀ ਲੈਂਦੇ ਨੇ। ਉਸ ਤੋਂ ਬਾਅਦ ਕੱਲ੍ਹ ਸਾਰਾ ਦਿਨ ਇਹਨਾਂ ਦੀ ਕੋਈ ਮੂਵਮੈਂਟ ਨਹੀਂ ਕਿਸੇ ਨੂੰ ਪਤਾ ਲੱਗੀ। ਅੱਜ ਇਹਨਾਂ ਦੇ ਰਿਸ਼ਤੇਦਾਰਾਂ ਨੇ ਕਿਹਾ ਕਿ ਕੱਲ੍ਹ ਦੇ ਫੋਨ ਨਹੀਂ ਚੱਕ ਰਹੇ, ਗੁਆਂਢੀਆਂ ਨੂੰ ਫੋਨ ਕੀਤਾ ਵੀ ਇਹਨਾਂ ਦੇ ਘਰੋਂ ਪਤਾ ਕਰੋ। ਉਹਨਾਂ ਨੇ ਕਾਫੀ ਦੇਰ ਗੇਟ ਖੜਕਾਇਆ, ਗੇਟ ਖੜਕਾਉਣ ਤੋਂ ਬਾਅਦ ਜੋ ਨਹੀਂ ਕੋ ਆਈ, ਅੰਦਰ ਆਣ ਕੇ ਦੇਖਿਆ, ਦੇਖਣ 'ਤੇ ਵੇਖਿਆ ਕਿ ਇਹਨਾਂ ਦੀਆਂ 3 ਜਿਹੜੇ ਨੇ ਮ੍ਰਿਤਕ ਹਾਲਤ ਵਿੱਚ ਪਈਆਂ ਸੀ। ਜਿਹੜੀ ਹਰਮੀਤ ਕੌਰ ਅਤੇ ਦਿਲਪ੍ਰੀਤ ਕੌਰ ਆ, ਉਹ ਥੱਲੇ ਅੰਦਰ ਬਾਹਰ ਬੈੱਡ ਦੇ ਥੱਲੇ ਫਰਸ਼ ਦੇ ਉੱਤੇ ਪਈਆਂ ਨੇ,
ਅਤੇ ਜਿਹੜੀ ਮਾਤਾ ਉਹ ਬੈੱਡ ਦੇ ਉੱਤੇ ਉੱਦਾਂ ਹੀ ਉਹਦੇ ਗਲ 'ਤੇ ਇੱਦਾਂ ਮਹਿਸੂਸ ਹੋ ਰਿਹਾ ਵੀ ਜਿੱਦਾਂ ਕਿਸੇ ਨੇ ਇਹਦਾ ਗਲ ਘੁੱਟ ਕੇ ਇਹਨਾਂ ਨੂੰ ਕਤਲ ਕਰ ਦਿੱਤਾ ਹੁੰਦਾ ਕਿਉਂਕਿ ਜਿਹੜੇ ਆ ਮਾਤਾ ਕਰਤਾਰ ਕੌਰ ਇਹਦਾ ਬੇਟਾ ਜਿਹੜਾ ਕੁਲਵੰਤ ਸਿੰਘ ਆ ਉਹਦੀ 2-3 ਮਹੀਨੇ ਪਹਿਲਾਂ ਮੌਤ ਹੋ ਗਈ ਆ ਉਦੋਂ ਪਹਿਲਾਂ ਇਹ ਆਪਣੇ ਬੇਟੇ ਨਾਲ ਰਹਿੰਦੀ ਸੀ ਜਿੱਦਾਂ ਕੋਈ ਔਲਾਦ ਨਹੀਂ ਸੀ ਨਾ ਉਹਦੀ ਮੈਰਿਜ ਹੋਈ ਸੀ ਅਤੇ ਇਹ ਜਿਹੜੀ ਭੈਣ ਆ ਉਹਦੀ ਕਰਤਾਰ ਕੌਰ ਦੀ ਬੇਟੀ ਆ ਇਹ ਭਰਾ ਦੀ ਮੌਤ ਤੋਂ ਬਾਅਦ ਇੱਥੇ ਆ ਗਈ ਇਹਨਾਂ ਦਾ ਕੋਈ ਥੋੜ੍ਹਾ ਜਿਹਾ ਪਤਾ ਲੱਗਾ ਕਿ ਜ਼ਮੀਨ ਦਾ ਵਿਵਾਦ ਵੀ ਹੈ ਪਰਿਵਾਰਕ ਝਗੜਾ ਵੀ ਜ਼ਮੀਨ ਦਾ ਚੱਲ ਰਿਹਾ ਜਿਹਦੇ ਸੰਬੰਧ ਦੇ ਵਿੱਚ ਇਨਵੈਸਟੀਗੇਸ਼ਨ ਕਰ ਰਹੇ ਹਾਂ ਹੁਣ ਸੀਨੀਅਰ ਆਫਿਸਰ SSP ਸਾਹਿਬ ਹੋਰ ਵੀ ਸਾਰੇ ਅਫਸਰ ਇੱਥੇ ਪਹੁੰਚ ਗਏ ਨੇ ਜੋ ਫੋਰੈਂਸਿਕ ਸਾਇੰਸ ਟੀਮ ਸਾਈਬਰ ਕ੍ਰਾਈਮ ਵਾਲੇ ਸਾਰੀਆਂ ਟੀਮਾਂ ਜਿਹੜੀਆਂ ਨੇ ਸੈਂਟੀਫਿਕ ਢੰਗ ਦੇ ਨਾਲ ਇਨਵੈਸਟੀਗੇਸ਼ਨ ਸਾਡੀ ਜਿਹੜੀ ਜਾਰੀ ਆ ਔਰ ਜਲਦੀ ਜਿਹੜੇ ਕਾਤਲਾਂ ਨੂੰ ਇੱਥੇ ਪਕੜ ਕੇ ਜਿਹੜਾ ਵਾ ਕਚਹਿਰੀ ਦੇ ਜੇਲ੍ਹ 'ਚ ਬੰਦ ਕੀਤਾ ਜਾਏਗਾ ਕਰਨਾਟਕ ਦੀ ਕਾਂਗਰਸ ਤੇ JDS ਸਰਕਾਰ ਵੱਲੋਂ ਪਹਿਲੇ ਬਜਟ ਵਿੱਚ ਕਿਸਾਨਾਂ ਦਾ 2 ਲੱਖ ਰੁਪਏ ਤੱਕ ਦਾ ਕਰਜ਼ਾ ਮਾਫ਼ ਕਰਨ ਦਾ ਐਲਾਨ ਕੀਤਾ ਗਿਆ ਬਜਟ ਵਿੱਚ ਇਸ ਦੇ ਲਈ 34,000 ਕਰੋੜ ਰੁਪਏ ਅਲਾਟ ਕੀਤੇ ਗਏ ਨੇ ਬਜਟ ਵਿੱਚ ਜਿੱਥੇ ਕਿਸਾਨਾਂ ਦੇ ਕਰਜ਼ੇ ਮਾਫ਼ ਕੀਤੇ ਗਏ ਉੱਥੇ ਹੀ ਪੈਟਰੋਲ ਦੀ ਕੀਮਤ ਵਿੱਚ 1.14 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 1.12 ਰੁਪਏ ਪ੍ਰਤੀ ਲੀਟਰ ਵਧਾ ਦਿੱਤੇ ਗਏ ਨੇ ਵਿਧਾਨ ਸਭਾ ਵਿੱਚ ਬਜਟ ਪੇਸ਼ ਕਰਦਿਆਂ ਕੁਮਾਰ ਸਵਾਮੀ ਨੇ ਕਿਹਾ ਕਿ ਸਰਕਾਰ ਕਿਸਾਨਾਂ ਦੇ ਡਿਫਾਲਟ ਖਾਤਿਆਂ ਦੇ ਦੌਰ ਨੂੰ ਖਤਮ ਕਰ ਦੇਵੇਗੀ ਜਿਸ ਨਾਲ ਕਿਸਾਨਾਂ ਨੂੰ ਕਲੀਅਰੈਂਸ ਸਰਟੀਫਿਕੇਟ ਲੈਣਾ ਆਸਾਨ ਹੋ ਜਾਵੇਗਾ ਇਸ ਲਈ ਸਰਕਾਰ ਨੇ 2018-19 ਬਜਟ ਵਿੱਚ 6,500 ਕਰੋੜ ਰੁਪਏ ਅਲਾਟ ਕੀਤੇ ਨੇ ਉਹਨਾਂ ਕਿਹਾ ਕਿ ਪਹਿਲੇ ਪੜਾਅ ਵਿੱਚ 31 ਦਸੰਬਰ 2017 ਤੱਕ ਕਰਜ਼ਾ ਮਾਫ਼ ਕੀਤਾ ਜਾਵੇਗਾ ਜਿਨ੍ਹਾਂ ਕਿਸਾਨਾਂ ਨੇ ਸਮੇਂ ਸਿਰ ਕਰਜ਼ੇ ਦੀ ਅਦਾਇਗੀ ਕਰ ਦਿੱਤੀ ਹੈ ਸਰਕਾਰ ਵੱਲੋਂ ਉਹਨਾਂ ਕਿਸਾਨਾਂ ਨੂੰ 25,000 ਰੁਪਏ ਦੀ ਉਤਸ਼ਾਹਿਤ ਰਕਮ ਦਿੱਤੀ ਜਾਏਗੀ ਬਠਿੰਡਾ ਸਿਹਤ ਜਾਂਚ ਕਰਾਉਣ ਪਹੁੰਚੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਦਿਨੋਂ ਦਿਨ ਵੱਧ ਰਹੇ ਨਸ਼ੇ ਤੇ ਚਿੰਤਾ ਪ੍ਰਗਟ ਕੀਤੀ ਗਈ ਉਹਨਾਂ ਕਿਹਾ ਕਿ ਇਸ ਨੂੰ ਰੋਕਣ ਲਈ ਸਰਕਾਰ ਹੀ ਨਹੀਂ ਸਗੋਂ ਮਾਪਿਆਂ ਤੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਵੀ ਗੰਭੀਰ ਹੋਣਾ ਚਾਹੀਦਾ ਹੈ ਇਸ ਦੇ ਨਾਲ ਹੀ ਉਹਨਾਂ ਪੁਲਿਸ ਦੇ ਨਾਲ ਨਾਲ ਮੰਤਰੀਆਂ ਦੇ ਡੋਪ ਟੈਸਟ ਦੀ ਵੀ ਮੰਗ ਕੀਤੀ ਦੇਖੋ ਇਹ ਨਸ਼ਾ ਜਿਹੜਾ ਹੈ ਨਾ ਜੀ ਹੁੰਦਾ ਤਾਂ ਸਾਰੇ ਦੁਨੀਆ 'ਚ ਹੈ ਪਰ ਇਹ ਨਸ਼ੇ ਕੁਛ ਇਹੋ ਜਿਹੇ ਆ ਗਏ ਜਿਹੜੇ ਜਿੱਦਣ ਹੀ ਕੋਈ ਖਾਣ ਲੱਗਦਾ ਮੌਤ ਦੇ ਵਾਰੰਟਾਂ 'ਤੇ ਜਿਵੇਂ ਦਸਖਤ ਹੁੰਦੇ ਆ ਨਾ ਸਟਰੋਂਗ ਉਹ ਇਹੋ ਜਿਹੇ ਚਿੱਟੇ ਜਿਹੀਆਂ ਚੀਜ਼ਾਂ ਹੁਣ ਤਾਂ ਕੋਈ ਟੀਕੇ ਇਹੋ ਜਿਹੇ ਆ ਗਏ ਉਹ ਲਾਉਂਦੇ ਸਾਰੇ ਕਈ ਵਾਰੀ ਮਰ ਜਾਂਦੇ ਇਸ ਕਰਕੇ ਇਹ ਤਾਂ ਬਹੁਤ ਸਾਰੇ ਲੋਕਾਂ ਨੂੰ ਸਾਰੀਆਂ ਪਾਰਟੀਆਂ ਨੂੰ ਧਿਆਨ ਦੇਣਾ ਚਾਹੀਦਾ ਖਾਸ ਕਰਕੇ ਮਾਪਿਆਂ ਨੂੰ ਧਿਆਨ ਦੇਣਾ ਚਾਹੀਦਾ ਪਿੰਡਾਂ ਦੀਆਂ ਪੰਚਾਇਤਾਂ ਨੂੰ ਧਿਆਨ ਦੇਣਾ ਚਾਹੀਦਾ ਇਹ ਇਕੱਲਾ ਸਰਕਾਰ 'ਤੇ ਆਖੋ ਵੀ ਸਰਕਾਰ ਕਰ ਲਊਗੀ ਇਕੱਲੀ ਸਰਕਾਰ ਨਹੀਂ ਕਰ ਸਕਦੀ ਇਹ ਸਾਰਿਆਂ ਨੂੰ ਮਿਲ ਕੇ ਇਹ ਹੰਭਲਾ ਮਾਰਨਾ ਪਊ ਔਰ ਪ੍ਰੈਸ ਨੂੰ ਵੀ ਇਹ ਇੱਧਰ ਧਿਆਨ ਦੇਣ ਦੀ ਲੋੜ ਹੈ ਰਾਸ਼ਟਰੀ ਸਿੱਖ ਸੰਗਤ ਦੇ ਸੂਬਾ ਪ੍ਰਧਾਨ ਰੁਲਦਾ ਸਿੰਘ ਕਤਲ ਮਾਮਲੇ ਵਿੱਚ ਜਗਤਾਰ ਸਿੰਘ ਤਾਰਾ ਅਤੇ ਰਮਨਦੀਪ ਸਿੰਘ ਗੋਲਡੀ ਨੂੰ ਭਾਰੀ ਪੁਲਿਸ ਬਲ ਦੀ ਮੌਜੂਦਗੀ ਵਿੱਚ ਪਟਿਆਲਾ ਦੀ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ 26 ਜੁਲਾਈ 'ਤੇ ਪਾ ਦਿੱਤੀ ਹੈ ਬਚਾਅ ਪੱਖ ਦੇ ਵਕੀਲ ਬਰਜਿੰਦਰ ਸਿੰਘ ਨੇ ਆਖਿਆ ਕਿ ਇੱਕੋ ਗਵਾਹ ASI ਜੀਤ ਸਿੰਘ ਦੇ ਬਿਆਨ ਹੀ ਦਰਜ ਹੋ ਸਕੇ ਨੇ ਬਾਕੀ ਗਵਾਹ ਅਦਾਲਤ ਵਿੱਚ ਪੇਸ਼ ਨਹੀਂ ਹੋਏ ਜਗਤਾਰ ਸਿੰਘ ਜੌਹਲ ਅਤੇ ਰਮਨਦੀਪ ਗੋਲਡੀ ਨੂੰ ਪੇਸ਼ ਕੀਤਾ ਸੀ ਅੱਜ ਇਹਨਾਂ ਦੇ ਕੇਸ ਦੇ ਵਿੱਚ ਜੀਤ ਸਿੰਘ ASI ਦਾ ਅੱਜ ਬਿਆਨ ਹੋਇਆ ਅਤੇ ਬਾਕੀ ਗਵਾਹਾਂ ਵਾਸਤੇ ਜਿਹੜੀ ਤਰੀਕ ਹੈ ਉਹ 26 ਜੁਲਾਈ ਪਈ ਹੈ ਬਸ ਇੱਕੋ ASI ਅਜੀਤ ਸਿੰਘ ਆਇਆ ਸੀ ਉਹਦਾ ਬਿਆਨ ਹੋਇਆ ਬਾਕੀ ਗਵਾਹ ਕਾਫੀ ਬੁਲਾਏ ਸੀ ਪਰ ਬਾਕੀ ਹਲੇ ਆਏ ਨੇ DS ਸਿੰਗਲਾ ਸਾਹਿਬ ਦੇ ਪੰਜਾਬ ਸਰਕਾਰ ਦੇ ਸਕੱਤਰ ਅਨੁਰਾਗ ਵਰਮਾ ਨੇ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਜਾਣਕਾਰੀ ਦਿੱਤੀ ਹੈ ਕਿ ਸਰਕਾਰ ਵੱਲੋਂ ਪੰਚਾਇਤ ਸਮਿਤੀਆਂ ਜ਼ਿਲ੍ਹਾ ਪਰਿਸ਼ਦਾਂ ਅਤੇ ਗ੍ਰਾਮ ਪੰਚਾਇਤਾਂ ਦੀਆਂ ਚੋਣਾਂ ਸੰਬੰਧੀ ਚੋਣ ਕਮਿਸ਼ਨ ਅੱਗੇ ਤਜਵੀਜ਼ ਰੱਖੀ ਗਈ ਹੈ ਨੋਟੀਫਿਕੇਸ਼ਨ ਮੁਤਾਬਕ ਪੰਜਾਬ ਵਿੱਚ ਪੰਚਾਇਤ ਸਮਿਤੀ ਅਤੇ ਜ਼ਿਲ੍ਹਾ ਪਰਿਸ਼ਦ ਦੀਆਂ ਚੋਣਾਂ 10 ਸਤੰਬਰ 2018 ਨੂੰ ਅਤੇ ਗ੍ਰਾਮ ਪੰਚਾਇਤ ਦੀਆਂ ਚੋਣਾਂ 30 ਸਤੰਬਰ ਨੂੰ ਕਰਵਾਈਆਂ ਜਾ ਸਕਦੀਆਂ ਨੇ CIA ਸਟਾਫ ਬਟਾਲਾ ਦੇ ਇੰਚਾਰਜ ASI ਅਰਵਿੰਦਰ ਸਿੰਘ ਵੱਲੋਂ ਸਵੇਰੇ ਭੇਦ ਭਰੀ ਹਾਲਤ ਵਿੱਚ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਗਈ ਮਿਲੀ ਜਾਣਕਾਰੀ ਅਨੁਸਾਰ ਇੰਸਪੈਕਟਰ ਅਰਵਿੰਦਰ ਸਿੰਘ ਵਾਸੀ ਭਗਵਾਨਪੁਰ ਕਲੋਨੀ ਬਟਾਲਾ ਨੇ ਸਵੇਰੇ ਕਰੀਬ 7:30 ਵਜੇ ਆਪਣੇ ਆਪ ਨੂੰ ਗੋਲੀ ਮਾਰ ਲਈ ਜਿਸ ਨਾਲ ਉਸਦਾ ਸਿਰ 2 ਫਾੜ ਹੋ ਗਿਆ ਅਤੇ ਮੌਕੇ 'ਤੇ ਹੀ ਉਸਦੀ ਮੌਤ ਹੋ ਗਈ ਪੁਲਿਸ ਵੱਲੋਂ ਖੁਦਕੁਸ਼ੀ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਇੱਕ ਨਿਵੇਕਲੀ ਮੁਹਿੰਮ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਹੁਸ਼ਿਆਰਪੁਰ ਵੱਲੋਂ
ਪਿਛਲੇ ਦਿਨੀ ਕਾਰ ਪੂਲਿੰਗ ਡੇ ਤੇ ਬਿਜਲੀ ਬੱਚਤ ਦਿਨ ਮਨਾਇਆ ਗਿਆ ਸੀ। ਅੱਜ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ADC ਹਰਸ਼ੀਤ ਸਿੰਘ ਤੇ ਅਨੁਪਮ ਕਲੇਰ ਸਮੇਤ ਕਰਮਚਾਰੀਆਂ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਸਾਈਕਲਾਂ ਤੇ ਦਫ਼ਤਰ ਆ ਕੇ ਪੈਟਰੋਲ ਤੇ ਵਾਤਾਵਰਨ ਨੂੰ ਬਚਾਉਣ ਦਾ ਸੰਦੇਸ਼ ਦਿੱਤਾ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇਕਰ ਹਰ ਵਿਅਕਤੀ ਵਾਹਨਾਂ ਦੀ ਵਰਤੋਂ ਘਟਾ ਕੇ ਸਾਈਕਲ ਦੀ ਵਰਤੋਂ ਕਰੇ ਤਾਂ ਇਸ ਨਾਲ ਉਹ ਸਿਹਤਮੰਦ ਵੀ ਰਹੇਗਾ ਤੇ ਨਾਲ ਹੀ ਪੈਟਰੋਲ ਤੇ ਡੀਜ਼ਲ ਦੀ ਵਰਤੋਂ ਘਟਣ ਨਾਲ ਵਾਤਾਵਰਨ ਵੀ ਸ਼ੁੱਧ ਰਹੇਗਾ। ਤੰਦਰੁਸਤ ਪੰਜਾਬ ਮਿਸ਼ਨ ਦੇ ਤਹਿਤ ਅੱਜ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇੱਕ ਛੋਟੀ ਜਿਹੀ ਪਹਿਲ ਕੀਤੀ ਗਈ ਹੈ ਜਿਹਦੇ ਵਿੱਚ DC ਦਫ਼ਤਰ ਦੇ ਆਫਿਸਰਸ ਐਂਡ ਉਹਨਾਂ ਦੇ ਮੁਲਾਜ਼ਮ ਸਾਰੇ ਅੱਜ ਸਾਈਕਲਾਂ 'ਤੇ ਆਉਣਗੇ। ਇਹਦੇ ਨਾਲ ਇੱਕ ਤਾਂ ਤੰਦਰੁਸਤ ਰਹਿਣ ਦਾ ਸਾਡਾ ਜਿਹੜਾ ਟੀਚਾ ਉਹ ਪੂਰਾ ਹੁੰਦਾ ਹੈ ਵੀ ਚਲੋ ਅਸੀਂ ਐਕਸਰਸਾਈਜ਼ ਵਗੈਰਾ ਅਦਰਵਾਈਜ਼ ਘੱਟ ਕਰ ਪਾਉਂਦੇ ਹਾਂ, ਬਟ ਜੇ ਸਾਈਕਲਿੰਗ ਕਰਾਂਗੇ ਤਾਂ ਅੱਛਾ ਰਹੇਗਾ। ਪਲੱਸ ਸਾਡਾ ਜਿਹੜਾ ਹੈਗਾ ਫਿਊਲ ਕੰਜਮਸ਼ਨ, ਪੈਟਰੋਲ ਡੀਜ਼ਲ ਵਗੈਰਾ, ਇਹ ਸਾਰਿਆਂ ਦੀ ਕਮੀ ਹੁੰਦੀ ਹੈ ਅਤੇ ਪੋਲਿਊਸ਼ਨ ਜਿਹੜੀ ਹੈਗੀ ਉਹ ਵੀ ਘੱਟ ਹੁੰਦੀ ਹੈ। ਇਸ ਤਰੀਕੇ ਦੇ ਨਾਲ ਅਸੀਂ ਆਪਣੇ ਜ਼ਿਲ੍ਹਾ ਵਾਸੀਆਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਸਾਈਕਲਿੰਗ ਦਾ ਵੀ ਆਪਣੀ ਡੇਲੀ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਇਸਤੇਮਾਲ ਕਰਕੇ ਉਹ ਆਪਣੇ ਆਪ ਨੂੰ ਤੰਦਰੁਸਤ ਵੀ ਰੱਖ ਸਕਦੇ ਹਨ ਅਤੇ ਵਾਤਾਵਰਨ ਜਿਹੜਾ ਹੈਗਾ ਸਾਡਾ ਸ਼ੁੱਧ ਰਹਿ ਸਕਦਾ ਹੈ। ਇਹ ਫਿਲਹਾਲ ਅਸੀਂ ਅੱਜ ਵਾਸਤੇ ਕੀਤਾ ਹੈ, ਸਿੰਬੋਲਿਕ ਇੱਕ ਮੈਸੇਜ ਹੈ ਸਾਰਿਆਂ ਵਾਸਤੇ ਅਤੇ ਅਸੀਂ ਇਹ ਵੀ ਕੋਸ਼ਿਸ਼ ਕਰਾਂਗੇ ਵੀ ਇਨ ਫਿਊਚਰ ਵੀ ਅਸੀਂ ਇਹੋ ਜਿਹੇ ਉਪਰਾਲੇ ਕਰਦੇ ਰਹੀਏ। ਰਿਲਾਇੰਸ ਇੰਡਸਟਰੀ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ 41ਵੀਂ ਐਨੂਅਲ ਜਨਰਲ ਮੀਟਿੰਗ ਦੌਰਾਨ ਕਈ ਐਲਾਨ ਕੀਤੇ, ਜਿਨ੍ਹਾਂ ਵਿੱਚ ਜੀਓਫੋਨ 2, ਜੀਓ ਗੀਗਾ ਫਾਈਬਰ ਸੇਵਾ, ਮੌਨਸੂਨ ਹੰਗਾਮਾ ਆਫਰ, TV ਕਾਲਿੰਗ ਸੇਵਾ ਪ੍ਰਮੁੱਖ ਨੇ। ਉੱਥੇ ਹੀ ਕੰਪਨੀ ਨੇ ਆਪਣੇ ਪੁਰਾਣੇ ਜੀਓਫੋਨ ਦੇ ਐਕਸਪੀਰੀਅੰਸ ਨੂੰ ਵਧਾਉਂਦੇ ਹੋਏ ਹੁਣ ਫੇਸਬੁੱਕ, ਯੂਟਿਊਬ ਅਤੇ ਵਟਸਐਪ ਨੂੰ ਵੀ ਇਸ ਦੀ ਸਪੋਰਟ ਦੇ ਦਿੱਤੀ ਹੈ। ਮੁਕੇਸ਼ ਅੰਬਾਨੀ ਨੇ ਮੌਨਸੂਨ ਧਮਾਕਾ ਆਫਰ ਦਾ ਐਲਾਨ ਕੀਤਾ। ਇਸ ਆਫਰ ਤਹਿਤ ਕੋਈ ਵੀ ਗਾਹਕ ਆਪਣਾ ਪੁਰਾਣਾ ਜੀਓਫੋਨ ਬਦਲ ਕੇ ਨਵਾਂ ਜੀਓਫੋਨ 2 ਖਰੀਦ ਸਕਦਾ ਹੈ। ਜੀਓਫੋਨ 2 ਦੀ ਅਸਲੀ ਕੀਮਤ 2,999 ਰੁਪਏ ਰੱਖੀ ਗਈ ਹੈ, ਪਰ ਇਸ ਆਫਰ ਤਹਿਤ ਇਸ ਲਈ 501 ਰੁਪਏ ਦੇਣੇ ਹੋਣਗੇ। ਇਹ 15 ਅਗਸਤ ਤੋਂ ਉਪਲਬਧ ਹੋਵੇਗਾ। ਜੀਓ ਦੀ ਲੰਮੇ ਸਮੇਂ ਤੋਂ ਉਡੀਕੀ ਜਾ ਰਹੀ ਫਾਈਬਰ 2 ਦਾ ਫੋਨ ਬ੍ਰਾਡਬੈਂਡ ਸੇਵਾ ਨੂੰ ਵੀ ਅੱਜ ਲਾਂਚ ਕਰ ਦਿੱਤਾ ਗਿਆ ਹੈ। ਇੱਕ ਬਾਕਸ ਰਾਹੀਂ TV ਨੂੰ ਸਮਾਰਟ ਬਣਾਇਆ ਜਾ ਸਕੇਗਾ। ਫਿਕਸ ਲਾਈਨ ਬ੍ਰਾਡਬੈਂਡ ਮੀਨਸ when you combine fixed line connectivity and cloud applications with the agility and the customer obsession of a small owner driven business, you empower them to compete on level terms with larger businesses. Jio is thus performing a task of vital national importance, because the success of Indian small businesses and merchants translates directly into faster and more sustainable growth with large scale employment for the Indian economy. Likewise, for large enterprises, fixed line broadband will mean having the ability to compete in the global marketplaces using the digital tools and techniques that are powering the fourth industrial revolution. We are calling this fiber based broadband service the Jio Giga Fiber. ਡਾਇਰੈਕਟਰ ਅਭਿਸ਼ੇਕ ਚੌਬੇ ਦੀ ਫਿਲਮ ਸੋਨ ਚਿੜੀਆ ਦਾ ਫਸਟ ਲੁੱਕ ਜਾਰੀ ਹੋ ਗਿਆ ਹੈ। ਸੋਨ ਚਿੜੀਆ ਵਿੱਚ ਇੱਕ ਵਾਰ ਫਿਰ ਸੁਸ਼ਾਂਤ ਸਿੰਘ ਰਾਜਪੂਤ ਦੀ ਦਮਦਾਰ ਐਕਟਿੰਗ ਦੇਖਣ ਨੂੰ ਮਿਲੇਗੀ। ਫਿਲਮ ਵਿੱਚ ਸੁਸ਼ਾਂਤ ਨਾਲ ਦਮ ਲਗਾ ਕੇ ਹਈਸ਼ਾ ਫੇਮ ਭੂਮੀ ਵੀ ਨਜ਼ਰ ਆਵੇਗੀ। ਇਸ ਪਹਿਲੇ ਪੋਸਟਰ ਵਿੱਚ ਅਦਾਕਾਰਾ ਭੂਮੀ ਨੂੰ ਛੱਡ ਕੇ ਬਾਕੀ ਸਭ ਦੀ ਦਿੱਖ ਨੂੰ ਦਰਸਾਇਆ ਗਿਆ ਹੈ। ਸਾਰੇ ਅਦਾਕਾਰ ਡਾਕੂਆਂ ਦੀ ਭੂਮਿਕਾ ਵਿੱਚ ਨਜ਼ਰ ਆ ਰਹੇ ਨੇ। ਫਿਲਮ 8 ਫਰਵਰੀ 2019 ਨੂੰ ਰਿਲੀਜ਼ ਹੋਣ ਵਾਲੀ ਹੈ। ਇਸ ਫਿਲਮ ਤੋਂ ਇਲਾਵਾ ਸੁਸ਼ਾਂਤ ਸਿੰਘ ਰਾਜਪੂਤ ਧੋਨੀ ਦੇ ਸੀਕੁਅਲ ਲਈ ਸੁਰਖੀਆਂ ਵਿੱਚ ਨੇ। ਇਸ ਨਾਲ ਹੀ ਅਜੀਤ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਕੁਝ ਹੋਰ ਨਵੀਆਂ ਖਬਰਾਂ ਨਾਲ ਫਿਰ ਤੋਂ ਹਾਜ਼ਰ ਹੋਵਾਂਗੇ। ਤਦ ਤੱਕ ਲਈ ਇਜਾਜ਼ਤ ਦਿਓ। ਸਤਿ ਸ਼੍ਰੀ ਅਕਾਲ।